ਲੋਕਾਂ ਲਈ ਵੱਡੀ ਰਾਹਤ ਦੀ ਖਬਰ ਹੈ। ਸੀਐਮ ਚੰਨੀ ਦੇ ਵੱਲੋਂ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਵੱਡੇ ਐਲਾਨ ਕੀਤੇ ਗਏ ਨੇ। ਪੰਜਾਬ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਕੋਲ 2 ਕਿਲੋ ਵਾਟ ਦੇ ਮੀਟਰ ਨੇ ਤੇ ਉਹਨਾਂ ਦਾ ਬਕਾਇਆ ਬਿੱਲ ਅਜੇ ਵੀ ਪਏ ਨੇ ਤੇ ਉਸ ਨੂੰ ਲੈ ਕੇ ਸੀਐਮ ਚੰਨੀ ਦੇ ਵੱਲੋਂ ਐਲਾਨ ਕੀਤਾ ਗਿਆ ਕਿ 2 ਕਿਲੋ ਵਾਟ ਮੀਟਰਾਂ ਦੇ ਜੋ ਬਕਾਇਆ ਬਿੱਲ ਨੇ ਉਹ ਸਰਕਾਰ ਭਰੇਗੀ ਤੇ ਜਿਨ੍ਹਾਂ ਦੇ ਕਨੈਕਸ਼ਨ ਕੱਟੇ ਗਏ ਨੇ ਉਹਨਾਂ ਦੇ ਵੀ ਮੁੜ ਤੋਂ ਬਹਾਲ ਕੀਤੇ ਜਾਣਗੇ। ਤਾਂ ਵੱਡੀ ਖਬਰ, ਜਿਨ੍ਹਾਂ ਦੇ ਕੋਲ 2 ਕਿਲੋ ਵਾਟ ਦੇ ਮੀਟਰ ਨੇ ਪਰ ਉਹਨਾਂ ਦੇ ਬਕਾਇਆ ਰਾਸ਼ੀ ਜੋ ਬਕਾਇਆ ਬਿੱਲ ਹੈ ਅਜੇ ਵੀ ਪਿਆ ਹੋਇਆ। ਇਸ ਦੇ ਨਾਲ ਹੀ ਸੀਐਮ ਚੰਨੀ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਚਾਹੇ ਇਹ ਬਕਾਇਆ ਪਿਛਲੇ 50 ਸਾਲਾਂ ਦਾ ਹੀ ਕਿਉਂ ਨਾ ਹੋਵੇ, ਉਹ ਵੀ ਸਾਰੇ ਬਿੱਲ ਦੀ ਜੋ ਰਾਸ਼ੀ ਹੈ ਜੋ ਭੁਗਤਾਨ ਹੈ ਉਹ ਸਰਕਾਰ ਕਰੇਗੀ। ਹੋਰ ਕੀ ਕੁਝ ਵੱਡੇ ਐਲਾਨ ਕਰਕੇ ਗਏ ਨੇ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਉਹ ਵੀ ਸੁਣ ਲਓ। ਜੀ ਪਰਮ ਸਤਿਕਾਰਯੋਗ ਔਰ ਪੱਤਰ ਸਰਕਾਰ ਸਹਿਬਾਨ, ਤੁਹਾਡਾ ਸਵਾਗਤ ਹੈ ਸਾਰਿਆਂ ਦਾ। ਮੈਂ ਲਗਾਤਾਰ ਖੇਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਆਪਣੇ ਪੰਜਾਬ ਦੇ ਲੋਕਾਂ ਦੇ ਵਿੱਚ ਘੁੰਮ ਰਿਹਾ। ਜੋ ਮੈਨੂੰ ਫੀਡਬੈਕ ਮਿਲਦੀ ਹੈ, ਜੋ ਲੋਕ ਮੈਨੂੰ ਦੱਸਦੇ ਹੈ, ਜਿਸ ਤਰੀਕੇ ਦੀਆਂ ਮੁਸ਼ਕਲਾਵਾਂ ਲੋਕਾਂ ਦੇ ਸਾਹਮਣੇ ਆ ਰਹੀਆਂ, ਉਹ ਮੈਨੂੰ ਪਤਾ ਲੱਗ ਰਹੀ ਹੈ ਤੇ ਮੈਂ ਇੱਕ ਇੱਕ ਮੁਸ਼ਕਿਲ ਦਾ ਹੱਲ ਕਰਨ ਲਈ ਵਚਨਬੱਧ ਹੈ ਤੇ ਕਰਨੀ ਹੈ। ਇਹਨਾਂ ਮੁਸ਼ਕਿਲਾਂ ਦੇ ਵਿੱਚ ਇੱਕ ਬਹੁਤ ਵੱਡੀ ਮੁਸ਼ਕਿਲ ਹੈ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਦੀ। ਸੋ ਅਸੀਂ ਉਸ ਦੇ ਵਿੱਚ ਕਾਫੀ ਰਾਹਤ ਦੇਣਾ ਚਾਹੁੰਦੇ ਹਾਂ, ਜਿਹੜੀਆਂ ਇੱਕ ਦੋ ਕਿਸਤਾਂ ਦੇ ਵਿੱਚ ਅਸੀਂ ਵਾਰ ਵਾਰ ਮੀਟਿੰਗ ਕਰਕੇ ਡਿਸਕਸ ਕਰਕੇ ਇਹ ਰਾਹਤਾਂ ਦੇਵਾਂਗੇ। ਸਭ ਤੋਂ ਵੱਡੀ ਜਿਹੜੀ ਸਮੱਸਿਆ ਮੈਂ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਜਾ ਕੇ ਦੇਖੀ ਹੈ ਉਹ ਇਹ ਕਿ ਬਹੁਤ ਸਾਰੇ ਲੋਕਾਂ ਦੇ ਬਿੱਲ ਜ਼ਿਆਦਾ ਆਉਣ ਕਰਕੇ ਉਹ ਜਮ੍ਹਾਂ ਨਹੀਂ ਕਰਾ ਪਾਏ ਤੇ ਉਹਨਾਂ ਦੇ ਮੀਟਰ ਕੱਟ ਗਏ। ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਬਿਨਾਂ ਬਿਜਲੀ ਤੇ ਰਹਿ ਰਹੇ ਆ ਕੁਛ ਬੰਦੇ ਜਿਹਨੇ ਮੇਰੇ ਦਿਲ ਨੂੰ ਬਹੁਤ ਕੁੰਭਿਆ। ਮੈਨੂੰ ਦੁੱਖ ਹੋਇਆ ਇਸ ਚੀਜ਼ ਦਾ ਕਿ ਬਿਜਲੀ ਦਾ ਮੀਟਰ ਕੱਟਿਆ ਹੋਇਆ ਤੇ ਉਹ ਲੋਕ ਬਿਨਾਂ ਬਿਜਲੀ ਤੋਂ ਰਹਿ ਰਹੇ। ਜੋ ਸਰਕਾਰੀ ਫਿਕਰ ਮੈਨੂੰ ਦਿੱਤੀ ਗਈ ਹੈ 55,000 ਤੋਂ 1 ਲੱਖ ਦੇ ਵਿੱਚ ਲੋਕਾਂ ਦੇ ਘਰਾਂ ਦੇ ਬਿਜਲੀ ਦੇ ਕਨੈਕਸ਼ਨ ਬਿਜਲੀ ਦਾ ਬਿੱਲ ਨਾ ਦੇਣ ਕਰਕੇ ਕੱਟੇ। ਸੋ ਉਹਦੇ ਵਾਸਤੇ ਅੱਜ ਅਸੀਂ ਆਪਣੀ ਕੈਬਨਿਟ ਦੇ ਵਿੱਚ ਵਿਸਤਾਰ ਪੂਰਵਕ ਵਿਚਾਰ ਕੀਤਾ ਹੈ। 2 ਕਿਲੋਵਾਟ ਤੱਕ ਜਿਹੜਾ ਕੰਜ਼ਿਊਮਰ ਹੈ ਉਹ 53 ਲੱਖ ਹੈ ਪੰਜਾਬ ਦੇ ਵਿੱਚ, ਟੋਟਲ 72 ਲੱਖ ਕੰਜ਼ਿਊਮਰ ਹੈ। ਸੋ ਲਗਭਗ 75-80% ਕੰਜ਼ਿਊਮਰ ਹੈ ਜਿਹੜਾ ਉਹ 2 ਕਿਲੋਵਾਟ ਦੇ ਵਿੱਚ ਵਿੱਚ ਆ ਜਾਂਦਾ ਹੈ ਤੇ ਮੈਂ ਜੋ ਸਰਵੇ ਕਰਾਇਆ ਹੈ, ਜੋ ਮੈਂ ਦੇਖਿਆ, ਇਹ ਜਿਹੜੇ 2 ਕਿਲੋਵਾਟ ਤੱਕ ਦਾ ਕੰਜ਼ਿਊਮਰ ਹੈ ਇਹ ਜ਼ਿਆਦਾ ਡਿਫਾਲਟਰ ਹੈ, ਇਸ ਤੋਂ ਬਿੱਲ ਨਹੀਂ ਦੇ ਪਾ ਰਹੇ, ਇਹਨਾਂ ਦੇ ਕਨੈਕਸ਼ਨ ਕੱਟੇ ਗਏ। ਸੋ ਅੱਜ ਅਸੀਂ ਫੈਸਲਾ ਕੀਤਾ ਹੈ ਕਿ 2 ਕਿਲੋਵਾਟ ਦੇ ਕੰਜ਼ਿਊਮਰ ਦੇ, 2 ਕਿਲੋਵਾਟ ਦੇ ਤੱਕ ਦੇ, ਚਾਹੇ ਉਹਦਾ 1 ਕਿਲੋਵਾਟ ਲੋਡ ਹੈ, ਚਾਹੇ ਉਹਦਾ 500 ਵਾਟ ਲੋਡ ਹੈ, ਚਾਹੇ 1.5 ਕਿਲੋਵਾਟ ਲੋਡ ਹੈ, 2 ਕਿਲੋਵਾਟ ਤੱਕ ਦੇ ਕੰਜ਼ਿਊਮਰ ਜਿੰਨੇ ਹੈਗੇ ਆ ਪੰਜਾਬ ਦੇ ਵਿੱਚ, ਜਿਹੜੇ ਕਿ ਲਗਭਗ 80% ਹੈ ਜਾਂ 75% ਟੋਟਲ ਆਬਾਦੀ ਦੇ, ਉਹਨਾਂ ਦਾ ਪਿਛਲਾ ਜਿਹੜਾ ਬਿੱਲ ਆਇਆ ਹੈ, ਜਿਹੜਾ ਪਿਛਲਾ ਬਿੱਲ ਆਇਆ ਉਹਨਾਂ ਦਾ, ਉਹਦੇ ਵਿੱਚ ਇੱਕ ਤਾਂ ਪਿਛਲੇ ਮਹੀਨੇ ਦਾ ਬਿੱਲ ਲਿਖਿਆ ਹੋਇਆ, ਇੱਕ ਬਕਾਇਆ ਲਿਖੇ ਵੀ ਹੈ ਵੀ ਤੁਸੀਂ ਇੰਨੇ ਦੇ ਡਿਫਾਲਟਰ ਹੋ। ਉਹ ਬਕਾਇਆ ਸਾਰਾ ਉਹਨਾਂ ਲੋਕਾਂ ਦਾ ਅਸੀਂ ਭਰਾ ਗਏ, ਅਸੀਂ ਸਰਕਾਰ ਨੇ ਫੈਸਲਾ ਕਰ ਲਿਆ, ਸਰਕਾਰ ਉਹਨਾਂ ਦਾ ਭਰੇਗੀ ਤੇ ਨਾਲ ਜਿਨ੍ਹਾਂ ਦੇ ਬਿਜਲੀ ਦੇ ਕਨੈਕਸ਼ਨ ਇਸ ਕਰਕੇ ਕੱਟੇ ਗਏ ਕਿ ਜੀ ਉਹ ਡਿਫਾਲਟਰ ਸੀਗੇ, ਉਹਨਾਂ ਦੇ ਪੈਸੇ ਨਹੀਂ ਜਮ੍ਹਾਂ ਕਰਾ ਹੋਏ, ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਦੁਬਾਰੇ ਲਗਾ ਦਿੱਤੇ ਜਾਣਗੇ ਬਿਨਾਂ ਕੋਈ ਪੈਸਾ ਦੇ। 1500 ਰੁਪਇਆ ਫੀਸ ਹੈ ਦੁਬਾਰੇ ਕਨੈਕਸ਼ਨ ਲਾਉਣ ਦੀ, ਉਹ ਵੀ ਉਹਨਾਂ ਦੀ ਅਸੀਂ ਭਰਾਂਗੇ, ਉਹਨਾਂ ਨੂੰ ਕੋਈ ਭਰਨ ਦੀ ਲੋੜ ਨਹੀਂ। ਸੋ ਮੈਂ ਫਿਰ ਕਹਿਣਾ, ਪੰਜਾਬ ਦੇ ਵਿੱਚ 53 ਲੱਖ ਕੰਜ਼ਿਊਮਰ, 53 ਲੱਖ ਪਰਿਵਾਰ ਜਿਨ੍ਹਾਂ ਦੇ ਬਕਾਏ ਖੜੇ, ਜਿਹੜੇ ਬਿਜਲੀ ਦੇ ਬਕਾਏ ਨਹੀਂ ਭਰ ਪਾ ਰਹੇ ਪਿਛਲੇ ਬਿੱਲ ਤੱਕ ਜਿਹੜਾ ਉਹਨਾਂ ਦਾ ਹੁਣ ਇਸ ਤੋਂ ਪਹਿਲਾਂ ਆਇਆ, ਜਦੋਂ ਸਾਡੀ ਸਰਕਾਰ ਇਸ ਨੇ ਹੱਲ ਲਿਆ ਉਦੋਂ ਤੱਕ ਜਿਹੜੇ ਉਹਨਾਂ ਦੇ ਬਿੱਲ ਆਏ ਹੋਏ ਹੈ ਉਹਨਾਂ ਦੇ ਵਿੱਚ ਜਿੰਨੇ ਬਕਾਏ ਖੜੇ ਹੈ ਉਹ ਪੰਜਾਬ ਸਰਕਾਰ ਉਹਨਾਂ ਦੇ ਭਰੇਗੀ, ਉਹਨਾਂ ਨੂੰ ਭਰਨ ਦੀ ਲੋੜ ਨਹੀਂ ਹੈ।
क्योंकि वह भर नहीं पा रहे क्योंकि बकाया कहां खड़ता है जे उसकी समर्था नहीं है। ऐसी यही मापदंड रखे है कि बकाया तां खड़ा है जे समर्था नहीं है, जिसे बिल भर की समर्था नहीं है उसके वास्ते पंजाब सरकार है, उसके वास्ते मैं उसके वास्ते असी सारे जने खड़े हैं। ते उसके सारे बिल असी अज पंजाब सरकार ने भरने हैं, उन्होंने अपने बिल माफ हो गए हैं। 55,000 55 लाख परिवार है, 53 लाख जिन्हों के 2 किलोवाट तक का लोड है साढ़े सरकारी फिगर के अनुसार। डिफॉल्टर उन्होंने जिन कोई भी डिफॉल्टर है जे 1 रुपये का चाहे वह 5,000 का चाहे 50,000 का, मैं देखिए कहीं तो 70,000 के 1-1 लाख के 2-2 लाख के बिल चुकी बढ़ते हैं कितने भरेगा गरीब आदमी। अप्रोक्सीमेटली कितना लोड पेगा? ये लोड अप्रोक्सीमेटली 1200 करोड़ रुपये के लगभग पंजाब सरकार को पैना, अजे इस तो ज्यादा हो सकता है। जेड़ा पिछला बिल आया किसी का उसे जेड़ा बकाया लाके आया वो सारा माफ है। किन्ने साल पुराने पास बकाया बिल आएगा तो लिखा होगा कि इना बकाया जेड़ा के पंजाब सरकार वालों दिता जाएगा कंज्यूमर नहीं देने की लोड़। लेकिन जो पुराना बकाया खड़ा है जो जिदे करके लोग परेशान है बिल नहीं दे पा रहे उन्होंने कनेक्शन कट गए है। मेरे हल्के कंदोला टपरिया पिंड है, मैं क्यों चीज किस तरह मैं लोगों मिले उन्होंने मैं क्या दसिया कंदोला टपरिया पिंड है। वो एक बीबी है उसका एक मुंडा है, मेरे पास उन्होंने 25 चक्कर ला ले पिछले 2 महीने अजे मैं मुख्यमंत्री नहीं बनिया। वो मेरे पास रोने लग गए कि 70,000 रुपया बिल मैं कितने देव, गरीब जनानी है विधवा है मैं नहीं भर सकती मेरा बकाए आ रहे। नुमाइंदा सीएम साहब अगर आगे लोग बिल भरना बंद कर देंगे इन फ्यूचर 2 महीने बाद
ਵੀ ਜਮਾ ਕਰਾਉਣ ਦੀ ਦਿੱਕਤ ਨਾ ਆਵੇ ਉਹਨੂੰ ਇੰਨਾ ਪੈਸਾ ਪਵੇ ਕਿ ਉਹ ਚੰਗਾ ਨਿਰਵਾਹ ਕਰ ਸਕੇ ਕਿੱਦਾਂ ਚੈੱਕ ਕਰੋਗੇ ਵੀ ਉਹ ਇਕਨੋਮਿਕਲੀ ਬੰਦਾ ਪੂਰ ਹੈ ਕਿ ਵੈਸੇ ਨਹੀਂ ਪੇ ਕਰ ਰਹੇ ਕਿ ਇਹ ਵੀ ਬੜਾ ਵੱਡਾ ਇਸ਼ੂ ਹੁੰਦਾ ਦੇਖੋ ਇੱਕ ਸਭ ਤੋਂ ਬੜਾ ਚੈੱਕ ਇਹ ਹੈ ਕਿ 2 ਕਿਲੋ ਵਾਟ ਇਕਨੋਮਿਕਲੀ ਪੂਰੇ ਦਿੰਦੇ किसी ने मोटर लाया भी आपने पावर क्लास के जेडे लोग है यही थोड़ी बिजली यूज कर सकते हैं जेडे अमीर आदमी रहे तो 5 5 एसी लगे में वो नहीं ऐसी कर रहे चेक 2 किलोवाट जी का लोड है 2 किलोवाट से काफी कुछ आ जाता है पंखे आ जाते हैं कूलर आ जाता है फ्रिज आ जाता है टीवी आ जाता है ते कई बल्ब आ जाते हैं अपनी रेता भर सके अपने खेतों के ठेकेदार सिस्टम है खत्म हो सके मेहनत लगे हुए है किस तरीके सुधारा जाए तो पुराना नेक्सस है तोड़ना है और असी तोड़ने च कामयाब हो रहे हैं बड़ी छेती तुसी देखोगे के रेत माफिया खत्म हो जाना मैं नवी पॉलिसी लेके आ रहे हूं मेरी तैयारी चल रही है ये सारे मसले हल हो जाएंगे तुम विश्वास रखो ਜਿਹੜਾ ਬਿਜਲੀ ਡਿਪਾਰਟਮੈਂਟ ਨੂੰ ਲੈ ਕੇ ਆ ਇੱਕ ਬਿਜਲੀ ਮਹਿਕਮਾ ਐਸਾ ਹੈ ਉਹਦੇ ਚ ਬਿੱਲ ਜਿਹੜੇ ਵੱਧ ਆਉਂਦੇ ਆ ਉਹਨੂੰ ਲੈ ਕੇ ਸ਼ਿਕਾਇਤਾਂ ਆਉਂਦੀਆਂ ਪਰ ਇਹ ਇੱਕ ਐਸਾ ਮਹਿਕਮਾ ਜਿੱਥੇ ਜਾ ਕੇ ਸਭ ਦੇ ਹੱਥ ਖੜੇ ਹੋ ਜਾਂਦੇ ਵੀ ਉੱਥੇ ਕੋਈ ਸੁਣਵਾਈ ਨਹੀਂ ਵੱਧ ਆ ਗਿਆ ਤਾਂ ਆ ਗਿਆ ਕੀ ਉਹ ਸਿਸਟਮ ਚ ਕਮੀ ਕਿੱਥੇ ਹੈ ਉਹ ਸਿਸਟਮ ਅੱਗੇ ਤੋਂ ਠੀਕ ਹੋਵੇਗਾ ਕਿਉਂਕਿ ਤੁਸੀਂ ਵੀ ਇਦਾਂ ਦੇ ਮਾਮਲੇ ਦੇਖੇ ਹੋਣੇ ਕਿ ਅਸਰ ਕਰਦੇ ਹੋ ਪਹਿਲਾਂ ਕਿ ਤੁਸੀਂ ਕਹਿ ਲਓ ਤੇ ਬਾਅਦ ਵਿੱਚ ਪਹਿਲਾਂ ਮੈਂ ਆਪਣੀ ਗੱਲ ਕਹਿ ਲਈ ਹੈ ਅੱਜ ਮੈਂ ਬਿਜਲੀ ਦੇ ਬਿਲਾਂ ਤੱਕ ਸੀਮਤ ਹੈ ਲੇਕਿਨ ਇਹ ਇੱਕ ਰਾਹਤ ਦਿੱਤੀ ਹੈ ਜਿਹੜੀ ਕਿ ਆਮ ਗਰੀਬ ਆਦਮੀ ਨੂੰ ਔਰ ਮਿਡਲ ਕਲਾਸ ਦੇ ਲੋਕਾਂ ਨੂੰ ਜ਼ਰੂਰੀ ਸੀ ਉਹਨਾਂ ਦੇ ਬਿਜਲੀ ਦੇ ਬਿੱਲ ਕੱਟ ਹੋ ਗਏ ਬਿਜਲੀ ਦੇ ਬਾਰੇ ਵਿੱਚ ਮੈਂ ਫਿਰ 2-3 ਦਿਨਾਂ ਦੇ ਬਾਅਦ ਤੁਹਾਡੇ ਨਾਲ ਫਿਰ ਰੁਖਾ ਦਿਖਾਉਂਗਾ ਕਿ ਕਿਸ ਤਰੀਕੇ ਦੇ ਨਾਲ अलीशा बेगम एक औरत का दुख एक औरत ही समझ सकती है रूहानी अते काली शक्तियां दी मालकन दुनिया दा सब तो चमत्कारी इल्म मेरे कोल है मेरे कीते नू कोई कट नहीं सकदा काला इल्म करना अते तोड़ना हर एक दे बस दी गल नहीं परेशानी जिवें लव मैरिज पति पत्नी च झगड़ा सौतन दुश्मन तो छुटकारा तलाक केस बुरे सपने विदेश यात्रा बुरी संगत जां नशा छुड़ाना बीमारी च दवा ना लगना वशीकरण एक सच्चाई है वशीकरण करवाओ मन चाह प्यार पाओ की तुहाडी किस्मत च लॉटरी दा योग है जां नहीं सच्चाई जानो लॉटरी नंबर पाओ भावें 649 होवे जां लोटोमैक्स 11 घंटे च करवाओ हर परेशानी दा हल घर बैठे अष्टाम पेपर ते लिख के लवो कम दी गारंटी कहने तो बाहर है तुरंत संपर्क करो तुहाडी हर गल गुप्त रखी जाएगी अलीशा बेगम वर्ल्ड फेमस बाबा सलीम खान 21 बार गोल्ड मेडलिस्ट सारिया थावां तो निराश अते मायूस होने वाले एक बार फोन जरूर करो जिवें चाहोगे ओवें होएगा इट्स माय प्रॉमिस इमीडिएटली रिजल्ट ओपन चैलेंज इल्मा दे माहिर ए टू जेड समस्यावां दा फोन ते घर बैठे करवाओ हल वशीकरण अते मुठकरनी लव मैरिज सौतन अते दुश्मन तो छुटकारा पक्का काम पक्का हल 101% गारंटी अष्टाम पेपर समेत सब तो पहला काम करन दा वादा नौकरी प्रमोशन कारोबार च परेशानी घर च झगड़ा कोर्ट केस तलाक प्रॉपर्टी झगड़ा पति पत्नी चनबन जां दुटोना मनमोहनी वशीकरण करवाओ जां तुड़वाओ रुसे नूं मनाओ हुणे कॉल करो बाबा सलीम खान 98199 37467।